ਸਾਸ਼ਿਕਾਲ ਤੁਸੀਂ ਦੇਖ ਰਹੇ ਹੋ ਸਾਡਾ ਐਲ ਟੀਵੀ ਮੈਂ ਅੱਜ ਅਸੀ ਕੋਲ ਆਕਲੈਂਡ 에어ਪੋਰਟ ਦੇ ਰੀਡਵੈਲਪਮੈਂਟ ਪਲਾਨ ਦੇ ਉੱਤੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਵਾਲਿਆ ਨਿਸ਼ਾਨ ਉੱਠਣੇ ਸ਼ੁਰੂ ਹੋ ਚੁੱਕੇ ਨੇ ਨੀਜ਼ਿਲੈਂਡ ਨੇ ਇਸ ਦੇ ਇਸ ਨੂੰ ਇੱਕ ਵੱਧੂ ਦਾ ਖਰਚਾ ਦੱਸਿਆ ਤੇ ਇਸ ਰੀਡਵੈਲਪਮੈਂਟ ਪਲਾਨ ਨੂੰ ਰਿਵਿਊ ਕਰਨ ਦੇ ਲਈ ਵੀ ਕਿਹਾ ਗਿਆ ਹੈ ਆਕਲੈਂਡ 에어ਪੋਰਟ ਦੇ ਚੀਫ ਐਗਜ਼ੀਕਿਊਟਿਵ ਦੇ ਮੁਤਾਬਿਕ ਡੋਮੈਸਟਿਕ ਟਰਮੀਨਲ ਤਕਰੀਬਨ 60 ਸਾਲ ਤੋਂ ਵੱਧ ਦੀ ਪੁਰਾਣੀ ਹੈ ਤੇ ਇਸ ਸਮੇ ਇਹ ਰੀਡਵੈਲਪਮੈਂਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਧਰ ਇਹ ਨਿਊਜ਼ੀਲੈਂਡ ਦੇ ਚੀਫ ਐਗਜ਼ੀਕਿਊਟਿਵ ਗ੍ਰੈਗ ਫਿਰਾਂ ਦੇ ਮੁਤਾਬਕ ਇਹ ਸਾਰਾ ਖਰਚਾ ਆਮ ਯਾਤਰੀਆਂ ਤੋਂ ਲਿਆ ਜਾਏਗਾ ਔਰ ਮੁਤਾਬਕ 6 ਤੋਂ 7 ਬਿਲੀਅਨ ਡਾਲਰ ਇਸ ਦੇ ਉੱਤੇ ਖਰਚੇ ਜਾਣਗੇ ਤੇ ਇਸ ਤੋਂ ਬਾਅਦ 에ਅਰ ਲਾਈਨਸ ਫਲਾਈਟਾਂ ਨਾ ਟਿਕਟਾਂ ਦੇ ਰੇਟ ਵਧਾ ਕੇ ਇਹ ਸਾਰਾ ਪੈਸਾ ਯਾਤਰੀਆਂ ਤੋਂ ਲਵੇਗੀ ਔਰ ਇਹ ਕਿਹਾ ਕਿ ਹ ਬਹੁਤ ਹੀ ਜਲ 6.75 ਡਾਲਰ ਹਰੇਕ ਯਾਤਰੀ ਤੋਂ ਵਾਧੂ ਦੇ ਚਾਰਜ ਕੀਤੇ ਜਾਣਗੇ ਇਸ ਤੋਂ ਬਾਅਦ 10.25 ਡਾਲਰ ਤੇ ਫਿਰ 15.45 ਡਾਲਰ 2027 ਤੱਕ ਹਰੇਕ ਯਾਤਰੀ ਤੋਂ ਵਾਧੂ ਦੇ ਚਾਰਜ ਕੀਤੇ ਜਾਣਗੇ ਉਹਨਾਂ ਵੀ ਕਿਹਾ ਕਿ ਅਗਲੇ ਇੱਕ ਦਹਾਕੇ ਦੇ ਵਿੱਚ ਤਕਰੀਬਨ 40 ਡਾਲਰ ਹਰੇਕ ਯਾਤਰੀ ਨੂੰ ਵਾਧੂ ਦੇ ਦੇਣੇ ਪੈਣਗੇ ਤੇ ਇਹ ਖਰਚਾ ਲੋਕਾਂ ਦੇ ਉੱਤੇ ਬੇਲੋੜਾ ਹੋਵੇਗਾ ਤਸ ਜਾਨੇ ਕਿ ਫਰਹਾਲ ਕਾਮਰਸ ਕਮਿਸ਼ਨ ਨੇ ਇਸ ਰੀਡਵੈਲਪਮੈਂਟ ਪਲਾਨ ਨੂੰ ਰਿਵਿਊ ਕਰ ਰਹੀ ਹੈ ਤੇ ਬਹੁਤ ਹੀ ਜਲਦ ਇਹ ਦੱਸਿਆ ਜਾਏਗਾ ਕਿ ਕੀ ਇਹ ਰੀਡਵੈਲਪਮੈਂਟ ਪਲਾਨ ਅੱਗੇ ਜਾਏਗਾ ਜਾਂ ਫਿਰ ਨਹੀਂ